विवेक ਦੀ ਮਿੰਨੀ ਕਹਾਣੀ ਸਾਂਝ ਨਾ ਮਾਰੇ ਨਾ ਮਾਰੇ 10 ਸਾਲ ਦੇ ਭੋਲੂ ਨੇ ਆਪਣੀ ਮੰਮੀ ਅੱਗੇ ਹੱਥ ਜੋੜਦਿਆਂ ਕਿਆ ਨਹੀਂ ਮੈਂ ਤੈਨੂੰ ਹੁਣੇ ਦੱਸਦੀ ਹਾਂ ਹੁਣ ਖੇਡੇਗਾ ਉਹਦੇ ਨਾਲ ਇੰਨਾ ਕਹਿੰਦੇ ਆ 우ਸ਼ਾ ਦੇਵੀ ਨੇ ਛੋਟੀ ਮੁੰਡੇ ਦੇ ਗਿੱਟਿਆਂ ਤੇ ਦੇ ਮਾਰੀ ਛੋਟੀ ਵੱਜਦਿਆਂ ਭੋਲੂ ਦੀ ਚੀਕ ਨਿਕਲ ਗਈ 우ਸ਼ਾ ਦੇਵੀ ਨੇ ਫੇਰ ਤੋਂ ਛੋਟੀ ਮਾਰਨ ਲਈ ਹੱਥ ਚੁੱਕਿਆ ਹੀ ਸੀ ਕਿ ਉਹਦੇ ਪਤੀ ਪੰਡਤ ਕਿਸ਼ਨ ਕਾਂਤ ਨੇ ਉਹਦਾ ਹੱਥ ਫੜ ਲਿਆ ਪਿਤਾ ਨੂੰ ਆਇਆ ਵੇਖ ਭੋਲੂ ਬਚਾ ਲਈ ਪਿਓ ਦੀਆਂ ਲੱਤਾਂ ਨਾਲ ਚਿੰਬੜ ਗਿਆ ਹੁਣ ਕਿੱਧਰ ਜਾਣਾ ਤੈਨੂੰ ਕਿੰਨੀ ਵਾਰ ਕਿਹਾ ਪਰ ਤੇਰੇ ਤੇ ਕੋਈ ਅਸਰ ਨਹੀਂ 우ਸ਼ਾ ਦੇਵੀ ਫੇਰ ਭੋਲੂ ਵੱਲ ਹੋਈ ਕੀ ਗੱਲ ਹੋ ਗਈ ਕਿਉਂ ਮੁੰਡੇ ਨੂੰ ਮਾਰੀ ਜਾਨੀ ਹੈ ਸਹਿਮੀ ਮੁੰਡੇ ਦੀ ਪਿੱਠ ਤੇ ਹੱਥ ਰੱਖ ਕਿਸ਼ਨ ਕਾਂਤ ਨੇ ਆਪਣੀ ਘਰਵਾਲੀ ਨੂੰ ਪੁੱਛਿਆ ਹੋਣਾ ਕੀ ਹੈ ਜਦੋਂ ਵੇਖੋ ਨੀਵੀਂ ਜਾਤ ਦੇ ਮੁੰਡੇ ਨਾਲ ਖੇਡਦਾ ਰਹਿੰਦਾ ਉਹਦੀ ਬਾਹਂ ਚ ਬਾਹ ਪਾ ਤੁਰਿਆ ਫਿਰਦਾ ਕਦੇ ਉਦੇਕਾਰ ਆਪ ਜਾ ਵੜਦਾ ਕਦੇ ਉਹਨੂੰ ਘਰ ਲੈ ਆਉਂਦਾ ਮੈਨੂੰ ਨਹੀਂ ਇਹ ਗੱਲਾਂ ਚੰਗੀਆਂ ਲੱਗਦੀਆਂ ਇਹਨੂੰ ਕਈ ਵਾਰ ਸਮਝਾਇਆ ਪਰ ਸੁਣਦਾ ਹੀ ਨਹੀਂ ਅਖੇ ਮੇਰਾ ਬੇਲੀ ਏ ਬੇਲੀ ਬਣਾਉਣਾ ਏ ਜੱਤ ਬਰਾਦਰੀ ਤਾਂ ਵੇਖ ਲੈ ਉਸਾ ਦੇਵੀ ਨੇ ਮੁੰਡੇ ਨੂੰ ਘੁਰਦੇ ਹੋਏ ਕਿਹਾ ਉਹ ਛੱਡ ਇਹ ਕੀ ਗੱਲ ਹੋਈ ਆਪਾਂ ਵੀ ਦਿਹਾੜੀ ਦੱਪਾ ਕਰਕੇ ਖਾਣ ਵਾਲੇ ਤੇ ਉਹ ਵੀ ਮਿਹਨਤ ਮਜ਼ਦੂਰੀ ਕਰਨ ਵਾਲੇ ਆਪਾਂ ਵੀ ਗਰੀਬ ਉਹ ਵੀ ਗਰੀਬ ਸਾਡੀ ਤਾਂ ਸਾਂਝ ਆ ਜੱਤ ਬਰਾਦਰੀ ਨੇ ਕਿਤੇ ਰੋਟੀ ਦੇਣੀ ਹੈ ਮਿਹਨਤ ਮਜ਼ਦੂਰੀ ਕਰਕੇ ਖਾਣੀ ਐਵੇਂ ਨਾ ਮੁੰਡੇ ਨੂੰ ਮਾਰਿਆ ਕਰ ਖੇਡਣ ਦੇ ਜਿਹਦੇ ਨਾਲ ਖੇਡਦਾ ਇਹਨਾਂ ਕਹਿ ਕੇ ਉਹਨੇ ਸੋਟੀ ਫੜ ਪਰਾਂ ਸੁੱਟ ਦਿੱਤੀ ਧੰਨ ਆ